ਜੀ ਮੇਰੇ ਕੋਲ ਵੀ ਇੱਥੇ ਚੱਕੀ ਤੇ ਬਹੁਤ ਮੰਗਣਾ ਆਉਂਦੇ ਆ ਕਈ ਬਨੌਟੀ ਇੰਨੇ ਬਣੇ ਫਿਰਦੇ ਹੁੰਦੇ ਆ ਇੱਕ ਦੂਜੀ ਬਾਂਹ ਫੜੀ ਫਿਰਦੀਆਂ ਹੁੰਦੀਆਂ ਬੁੜੀਆਂ ਹਾਂ ਬਥੇਰੇ ਆਉਂਦੇ ਆ ਪਰ ਮੈਨੂੰ ਪਹਿਲਾਂ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਉਹ ਮੈਨੂੰ ਇੱਕੋ ਇੱਕ ਅੰਦਰੋਂ ਹੀ ਆ ਮੈਂ ਕਿਵੇਂ ਕਮਾ ਕੇ ਕਰਨਾ ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ ਕਿ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦੇਵੇ ਤੇ ਇਹ 17 ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋੜ ਦੇ ਰਹਿਣ ਵਾਲੇ ਬਲੌਰ ਸਿੰਘ ਤੇ ਬਖੂਬੀ ਟੁਕਦੀਆਂ ਨੇ ਬਲੌਰ ਸਿੰਘ ਜਿਸ ਦੀਆਂ ਦੋਹਾਂ ਅੱਖਾਂ ਦੀ ਰੋਸ਼ਨੀ ਬਚਪਨ ਵਿੱਚ ਹੀ ਕੰਨ ਵਿੱਚ ਪਾਈ ਕਿਸੇ ਦਵਾਈ ਕਾਰਨ ਚਲੀ ਗਈ ਸੀ ਪਰ ਉਸਨੇ ਆਪਣੇ ਇਸ ਅੰਨੇਪਨ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਆਪਣੀ ਮਾਂ ਵੱਲੋਂ ਦਿੱਤੀ ਗਈ ਹੱਲਾ ਸ਼ੇਰੀ ਤੇ ਸਾਥ ਨਾਲ ਉਸਨੇ ਖੁਦ ਨੂੰ ਅਜਿਹਾ ਮਜ਼ਬੂਤ ਬਣਾਇਆ ਕਿ ਅੱਜ ਲੋਕ ਉਸ ਦੀਆਂ ਉਦਾਹਰਨਾਂ ਦਿੰਦੇ ਨੇ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਬਾਜਾਖਾਨਾ ਤੋਂ ਚੜ੍ਹਦੇ ਵਾਲੇ ਪਾਸੇ ਕਰੀਬ 4 ਕਿਲੋਮੀਟਰ ਦੀ ਦੂਰੀ ਵਸੇ ਪਿੰਡ ਡੋੜ ਨੂੰ ਇਲਾਕੇ ਵਿੱਚ ਡੋੜ ਵਾਂਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇੱਥੋਂ ਦਾ ਰਹਿਣ ਵਾਲਾ ਬਲੌਰ ਸਿੰਘ ਇੰਨੀ ਦਿਨੀ ਅਜਿਹੇ ਲੋਕਾਂ ਲਈ ਮਿਸਾਲ ਬਣਿਆ ਹੋਇਆ ਹੈ ਜੋ ਆਪਣੇ ਸਰੀਰ ਵਿੱਚ ਜਮਾਂਦਰੂ ਜਾਂ ਕਿਸੇ ਹਾਦਸੇ ਕਾਰਨ ਆਈ ਕਮੀ ਨੂੰ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾ ਕੇ ਕੰਮ ਛੱਡ ਮੰਗਣ ਵੱਲ ਤੁਰ ਪੈਂਦੇ ਨੇ ਪਰ ਇਸ ਦੌਰਾਨ ਬਲੌਰ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨ ਨੂੰ ਆਪਣੇ ਸਰੀਰ ਦੀ ਅਪੰਗਤਾ ਦੇ ਕਾਰਨ ਆਪਣੀ ਸੋਚ ਨੂੰ ਅਪੰਗ ਨਹੀਂ ਹੋਣ ਦੇਣਾ ਚਾਹੀਦਾ ਬਲੌਰ ਸਿੰਘ ਦਾ ਕਹਿਣਾ ਹੈ ਕਿ ਮਹਿਜ਼ 8 ਸਾਲ ਦੀ ਉਮਰ ਵਿੱਚ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਉਸਨੇ ਇਹ ਵੀ ਦੱਸਿਆ ਕਿ ਬਚਪਨ ਤੋਂ ਜਵਾਨੀ ਵੱਲ ਵਧਦਿਆਂ ਉਸਨੇ ਹਮੇਸ਼ਾ ਕੁਝ ਵੱਖਰਾ ਕਰਨ ਦੀ ਤਾਂਘ ਰੱਖੀ ਤੇ ਪਿੰਡ ਵਿੱਚ ਲੱਗੀ ਆਟਾ ਚੱਕੀ ਤੇ ਉਹ ਅਕਸਰ ਜਾ ਕੇ ਬੈਠ ਜਾਇਆ ਕਰਦਾ ਸੀ ਇਸ ਦੌਰਾਨ ਜਦੋਂ ਉਸਨੂੰ ਪਤਾ ਚੱਲਿਆ ਕਿ ਇਸ ਆਟਾ ਚੱਕੀ ਵਾਲੀ ਜ਼ਮੀਨ ਵਕਾਊ ਹੈ ਤਾਂ ਉਸਨੇ ਆਪਣੀ ਮਾਂ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਮਾਂ ਨੇ ਚੱਕੀ ਸਮੇਤ ਇਸ ਥਾਂ ਨੂੰ 18,000 ਰੁਪਏ ਵਿੱਚ ਖਰੀਦ ਕੇ ਉਸਨੂੰ ਦੇ ਦਿੱਤਾ ਬਲੌਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸਨੇ ਪੀਣ ਨੂੰ ਤੁਲਣਾ ਸਿੱਖ ਲਿਆ ਤੇ ਹੌਲੀ ਹੌਲੀ ਆਟਾ ਚੱਕੀ ਦਾ ਸਾਰਾ ਕੰਮ ਸਿੱਖ ਗਿਆ ਤੇ ਅੱਜ 40 ਸਾਲ ਹੋ ਗਏ ਨੇ ਉਹ ਇਸ ਕੰਮ ਨੂੰ ਲਗਾਤਾਰ ਕਰਦਾ ਆ ਰਿਹਾ ਬਲੌਰ ਸਿੰਘ ਨੇ ਇਸ ਦਾ ਸਾਰਾ ਕ੍ਰੈਡਿਟ ਆਪਣੀ ਮਾਂ ਨੂੰ ਦਿੱਤਾ ਮੈਂ ਜੀ 83 ਚ ਲੱਗਿਆ ਜੀ ਤਰਾਉਣ ਪਹਿਲਾਂ ਤਾਂ ਮੈਨੂੰ ਬਾਅਦ ਬਾਅਦ ਸ਼ੌਂਕ ਹੀ ਸੀਗਾ ਜੀ ਵੈਸੇ ਮੇਰੇ ਦਿਮਾਗ 'ਚ ਹੀ ਸੀਗਾ ਫਿਰ ਮੈਂ ਭਾਈ ਜਾਨ ਨੂੰ ਆਖਿਆ ਭਾਈ ਜਾਨ ਨੇ ਕਹਿੰਦਾ ਤਾਂ ਲੈ ਦਿੰਦੇ ਇਹਨਾਂ ਨੇ ਲਾਈ ਤੀ ਸੀ ਅਤੇ ਜਦੋਂ ਜਿਹਨਾਂ ਤੋਂ ਚੱਕੀ ਲਈ ਤੁਸੀਂ ਹਾਂ ਜੀ ਉਹਨਾਂ ਦੇ ਚੱਕੀ ਤੇ ਜਾ ਕੇ ਬਹਿੰਦੇ ਵੀ ਰਹੇ ਹੋ ਤੁਸੀਂ ਹਾਂ ਜੀ ਤੁਸੀਂ ਉਹਨੂੰ ਚੱਕੀ ਖਰੀਦਣ ਬਾਰੇ ਕਿਹਾ ਤਾਂ ਉਹਨਾਂ ਨੇ ਕਿਹਾ ਨਹੀਂ ਵੀ ਤੂੰ ਕਿਵੇਂ ਚਲਾ ਲੇਗਾ ਹਾਂ ਕਹਿੰਦੇ ਸੀ ਜੀ ਕਹਿੰਦੇ ਸੀ ਫਿਰ ਕਿਵੇਂ ਸੋਬ ਬਣਿਆ ਕਿਵੇਂ ਬਸ ਜੀ ਬਸ ਕੁਜਰਤ ਕਿੰਨੀ ਜੋ ਕਹਿੰਦੇ ਵੇਚਣੀ ਹੈ ਅਸੀਂ ਸਾਨੂੰ ਪਤਾ ਲੱਗਿਆ ਮੈਂ ਜਾ ਵੜੇ ਮਾਂ ਪੋਤੇ ਉਹ ਕਹਿੰਦੇ ਵੀ ਦੱਸੋ ਉਹ ਕਹਿੰਦੇ ਅਸੀਂ 18,500 ਲੈਣਾ ਮੈਂ ਚੱਕ ਉਹਦੀ ਫੜਾ ਤਾ ਸਣੇ ਥਾਂ ਅੱਛਾ 6 ਮਰਲੇ ਜਗ੍ਹਾ ਲਈ ਸੀ 7 ਮਰਲੇ ਵਿੱਚ ਤੇ ਕਿਵੇਂ ਉਦੋਂ ਤੋਂ ਲੈ ਕੇ ਹੁਣ ਤੱਕ ਫਿਰ ਕਿਵੇਂ ਚੱਲਦਾ ਹੈ ਕੰਮ ਵਧੀਆ ਜੀ ਵਧੀਆ ਦਾਤੇ ਤੇ ਹੁਣ ਕੋਈ ਪ੍ਰਭਾਵ ਨਹੀਂ ਰਹੀਦਾ ਨਜ਼ਰ ਕਿਵੇਂ ਗਈ ਤੁਹਾਡੀ ਨਜ਼ਰ ਤਾਂ ਜੀ ਮੈਨੂੰ ਨਿੱਕਾ ਆਇਆ ਹੁੰਦਾ ਸੀਗਾ ਬਸ 8 ਸਾਲ ਦਾ ਸੀਗਾ ਉਦੋਂ ਗਲਤ ਦਵਾਈ ਪੈ ਗਈ ਸੀ ਕੰਨ 'ਚ ਮੈਂ ਕੰਨ 'ਚ ਦਵਾਈ ਗਲਤ ਪੈਣੇ ਕਰਕੇ ਜੀ ਨਿਗਾਹ ਗਈ ਸੀ ਮੇਰੇ ਨਜ਼ਰ ਦਿਖਦਾ ਨਹੀਂ ਹੈ ਕੰਮ ਤੁਸੀਂ ਫਿਰ ਕਰ ਲੈਂਦੇ ਹੋ ਕਦੀ ਅਜਿਹਾ ਅਹਿਸਾਸ ਨਹੀਂ ਹੋਇਆ ਕਿ ਮੈਂ ਤਾਂ ਦੂਜਿਆਂ ਨਾਲੋਂ ਘਾਟ 'ਚ ਹਾਂ ਜਾਂ ਮੈਨੂੰ ਦਿਖਦਾ ਨਹੀਂ ਹੈ ਜਾਂ ਕੋਈ ਨਹੀਂ ਜੀ ਮੇਰੇ 'ਚ ਨਹੀਂ ਮੈਂ ਜਾਨੀ ਜਵਾਕਾਂ ਜੁਕਾਂ 'ਚ ਖੇਡਦਾ ਨਹੀਂ ਸੀ ਜਾਨੀ ਨਿਗਾਹ ਤੋਂ ਬਗੈਰ ਖੜਾਉਣਾ ਔਖਾ ਹੋ ਜਾਂਦਾ ਜਾਂ ਖੇਡਣਾ ਫਿਰ ਮੈਂ ਕੱਲ੍ਹ ਮੈਂ ਸੋਚੀ ਜੀ ਮੈਂ ਇਹ ਕੰਮ 'ਚ ਪਿਆ ਜੀ ਵੈਸੇ ਗੱਲ ਹੀ ਮੁੱਕੋ ਮੈਂ ਤਾਂ ਨਾ ਮੈਨੂੰ ਸ਼ੌਂਕ ਹੀ ਪੈ ਗਿਆ ਮੈਂ ਕੰਮ ਕਰੂੰਗਾ ਤਾਂ ਵੀ ਕਿਸੇ ਮੈਂ ਗਾਹ ਦੂਜਾ ਕਰੂੰਗਾ ਜਾਨੀ ਮੈਂ ਉਵੇਂ ਕਦੇ ਕਰ ਨਾ ਸਕਦਾ ਉਹ ਕੋਈ ਪਰਿਵਾਰ ਨੇ ਕਦੇ ਕੋਈ ਹੀਨ ਭਾਵਨਾ ਨਾ ਜੀ ਨਾ ਜੀ ਪਰਿਵਾਰ ਨੇ ਸਾਥ ਦਿੱਤਾ ਪੂਰਾ ਹਾਂ ਪੂਰਾ ਜੀ ਪੂਰਾ ਸਭ ਤੋਂ ਵੱਧ ਕਿਹਦਾ ਸਾਥ ਰਿਹਾ ਹੋਵੇ ਮੈਨੂੰ ਤਾਂ ਮਾਤਾ ਦਾ ਜੀ ਮੇਰੇ ਦਾ ਮੇਰੀ ਮਾਈ ਦਾ ਭਰਾ ਹਾਂ ਭਰਾ ਦਾ ਵੀ ਰਿਹਾ ਪਰ ਮਾਤਾ ਦਾ ਮੇਰੇ ਕੋਲ ਕਿਉਂ ਉਹ ਮੇਰੇ ਕੋਲ ਮਾਤਾ ਹੀ ਸੀ ਭਰਾ ਤਾਂ ਬਾਅਦ 'ਚ ਪ੍ਰਸੰਨ ਆਇਆ ਜਾਣੀ ਦੀ ਹਾਂ ਠੀਕ ਹੈ ਜੀ ਬਹੁਤ ਵਧੀਆ ਵਧੀਆ ਜੀ ਵਧੀਆ ਕਹਿੰਦੇ ਨਹੀਂ ਵੀ ਕੰਮ ਬੰਦ ਕਰਦੇ ਹਾਂ ਕਹਿੰਦੇ ਆ ਮੈਂ ਤਾਂ ਕਹਿੰਦਾ ਕਹਿੰਦਾ ਮੇਰੀ ਜ਼ਿੰਦਗੀ ਦਿੱਤੀ ਪਰਮਾਤਮਾ ਨੂੰ ਨਜ਼ਰ ਕਰੂੰਗਾ ਬਸ ਕਿਵੇਂ ਲੱਗਦਾ ਕੰਮ ਕਰਕੇ ਮੈਨੂੰ ਜੀ ਖੁਸ਼ ਲੱਗਦਾ ਮੈਂ ਕਹਿੰਦਾ ਤੜਕੇ ਉੱਠ ਕੇ ਰੱਬ ਨਾਂ ਨਾਲ ਲੈ ਲਈਦਾ ਮੁੜ ਕੇ ਫਿਰ ਪੀਣ ਕੱਢ ਕੇ ਸੁਬਾਹ ਸੁਬਾਹ ਕੱਢ ਕੇ ਤੇ ਨਹਾ ਕੇ ਤੇ ਆਪਦਾ ਪਾਠ ਪੂਠ ਮਾੜਾ ਮੋਟਾ ਰੱਬ ਦਾ ਨਾਂ ਕਿੰਨਾ ਕੁ ਜਾਣਦਾ ਮੈਂ ਲੈ ਲੈਣਾ ਹਾਂ ਸਕੂਨ ਮਿਲਦਾ ਕਿ ਮੇਰੇ ਯਾਰ ਮਿੱਤਰ ਮੇਰੇ ਕੋਲ ਆ ਜਾਂਦੇ ਆ ਕੋਈ ਪੀਣ ਵਾਲਾ ਆ ਗਿਆ ਜੀ ਲੱਗਿਆ ਰਹਿੰਦਾ ਕੋਈ ਰੂੰ ਵਾਲੇ ਪਿੰਜਣ ਵਾਲੇ ਆ ਗਏ ਕੋਈ ਕਾਤੇ ਵਾਲੇ ਆ ਗਏ ਯਾਨੀ ਮੇਰਾ ਜੀ ਲੱਗਿਆ ਰਹਿੰਦਾ ਇੱਕ ਮੈਂ ਨਾੜਾਂ ਨੂੜਾਂ ਦਾ ਕੰਮ ਕਰਦਾ ਜੀ ਇਹ ਵੀ ਬਹੁਤ ਮੇਰੇ ਕੋਲ ਬਾਹਰੋਂ ਅੰਦਰੋਂ ਆ ਜਾਂਦੇ ਆ ਲੱਤ ਲੁੱਤ ਦਰਦ ਕਰਦੀ ਉਹ ਹਰਨੀਆਂ ਦੀ ਸ਼ਿਕਾਇਤ ਹੋਈ ਇਹਨੂੰ ਨਾ ਇਹ ਮੈਂ 5 ਮਿੰਟਾਂ 'ਚ ਬੰਦੇ ਨੂੰ ਫਰਕ ਪਾ ਦਿੰਦਾ ਬਸ ਤੇ ਹਾਂ ਪਰਮਾਤਮਾ ਨੇ ਹਾਂ ਇਹ ਵੀ ਰੱਬ ਕਹਿੰਦੇ ਕੋਈ ਗੁਣ ਨੇ ਮੈਂ ਆਪਦੀ ਆਪ ਜੀ ਦਿਮਾਗ 'ਚ ਮੇਰੇ ਆ ਗਿਆ ਮੈਨੂੰ ਇਹ ਵੀ ਕੰਮ 45 ਸਾਲ ਹੋ ਗਏ ਕਰਦੇ ਨੂੰ ਇਹ ਚੱਕੀ ਤੋਂ ਪਹਿਲਾਂ ਦਾ ਕਰਦਾ ਮੈਂ ਹਾਂ ਜਿਹੜੇ ਲੋਕ ਜਿਵੇਂ ਕਿਸ ਕੋਈ ਸਰੀਰਕ ਘਾਟ ਆ ਜਾਂਦੀ ਹੈ ਕਿਸੇ ਨੂੰ ਜਾਂ ਕੋਈ ਜਮਾਂਦਰੂ ਜਿਨ੍ਹਾਂ ਨੂੰ ਦੇਖਦਾ ਨਹੀਂ ਕਿਸੇ ਨੇ ਕੋਈ ਲੱਤ ਬਾਂਹ ਦਾ ਕੋਈ ਨੁਕਸ ਪੈ ਜਾਂਦਾ ਹੈ ਨਾ ਹਾਂਜੀ ਲੋਕ ਦੇਖਣ 'ਚ ਆਉਂਦਾ ਹੈ ਕਿ ਉਹ ਜਾਂ ਤਾਂ ਪਰਿਵਾਰਾਂ 'ਤੇ ਬੋਝ ਬਣ ਜਾਂਦੇ ਆ ਜਾਂ ਲੋਕਾਂ 'ਤੇ ਬੋਝ ਇਸ ਤਰ੍ਹਾਂ ਜੀ ਮੇਰੇ ਕੋਲ ਵੀ ਇੱਥੇ ਚੱਕੀ 'ਤੇ ਬਹੁਤ ਮੰਗਣ ਆਉਂਦੇ ਆ ਕਈ ਬਨੌਟੀ ਇੰਨੇ ਬਣੇ ਫਿਰਦੇ ਹੁੰਦੇ ਆ ਇੱਕ ਦੂਜੀ ਬਾਂਹ ਫੜੀ ਫਿਰਦੀਆਂ ਆਉਂਦੀਆਂ ਬੁੜੀਆਂ ਹਾਂ ਬਥੇਰੇ ਆਉਂਦੇ ਆ ਪਰ ਮੈਨੂੰ ਪਹਿਲਾਂ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਉਹ ਮੈਨੂੰ ਇੱਕੋ ਤੰਦਰੋ ਹੀ ਆ ਮੈਂ ਕਿਵੇਂ ਕਮਾ ਕੇ ਕਰਨਾ
लोगों फिर पुछते जी इन्हें सचू नहीं दीता, वो कहते हाँ दीदा नहीं इन्हू हलवा बैठा है। मैं तो हम सारी दुनिया मंगू गल सारी दूर दूर तो कर जान दे भी इन दीदा नहीं, बिल्कुल नहीं जी मैंने दीदा बिल्कुल। इस मौके गलबात करदे आ बलौर सिंह दे वड्डे भरा ने कहा कि सानू कदी भी महसूस नहीं होया कि उन्हां दे भरा दे विच कोई कमी है। इह जग्गी पहले दिनों ही सिख गया सी, 84 विच इहनूं लैती सी, उस बाद मैं पिलसन आ गया ते हुण दोने भरा ही हैं। दोने भरा वधिया? हाँ वधिया, आपदा कम कार करदा है। कदी आए तां लगे परिवार ते बोझ? ना ना ना, आए कोई बोझ तां नहीं, मतलब वधिया रहिंदा। जिहड़े मां जा इक्को ही हुंदे आ उहनां दा मतलब आपस विच प्यार होना चाहिए, मेरा मतलब कहण दा इह है। क्यों लोग है जिहड़े आपस विच विरुद्ध हो जांदे आ उह गलत है। बेशक बलौर सिंह नूं अखां तों बिल्कुल नहीं दिसदा पर उसदी याद शक्ति ते काम करन दी समर्था इन्नी है कि उह मोबाइल फोन ते जिथे टाइम दा पता भी लगा लैंदा है उत्थे ही मोबाइल विच सेव कीते गए नंबरां नूं डायल करन विच भी माहिर है। ते रेडियो ते वेहला हुंदा सीगा, मैं रात नूं अद्धी अद्धी रात उठ के चक्की चला लैनी, हुण मैं मोबाइल ते वेहना जी। ते मोबाइल ते कि पता लगदा टाइम? मोबाइल ते टाइम दा कि पता? टू के बटन लगा कर चुप कर। समय है 2:36।